ਹਾਂਜੀ ਗੁਰੂ ਸਟੱਡੀ ਪੁਆਇੰਟ ਤੇ ਆਪਜੀ ਦਾ ਸਵਾਗਤ ਹੈ ਜੀ ਸੋ ਦੋਸਤੋ ਲੈ ਕੇ ਆਏ ਆਂ ਚਾਈਲਡ ਸਾਈਕੋਲੋਜੀ ਦੇ ਨਾਲ ਸੰਬੰਧਿਤ ਪੀਐਸਟੈਟ 1 ਤੇ 2 ਦੇ ਵਿਦਿਆਰਥੀਆਂ ਲਈ ਤੇ ਐਨਟੀਟੀ 8393 ਦੇ ਵਿਦਿਆਰਥੀਆਂ ਦੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਇੰਪੋਰਟੈਂਟ ਜਿਹੜਾ ਹੈਗਾ ਲੈਕਚਰ ਆ ਸੋ ਤਿੰਨ ਨੰਬਰ ਲੈਕਚਰ ਲੈ ਕੇ ਆਏ ਆਂ ਜੀ ਦੋ ਲੈਕਚਰ ਆਪਾਂ ਆਲਰੇਡੀ ਲਾ ਚੁੱਕੇ ਆਂਗੇ ਸੋ ਲੜੀ ਚੱਲਦੀ ਰਹੂਗੀ ਕੰਟੀਨਿਊ ਜਦੋਂ ਤੱਕ ਤੁਹਾਡਾ ਪੀਐਸਟੈਟ 1 2 ਦਾ ਪੇਪਰ ਨਹੀਂ ਹੁੰਦਾ ਤੇ ਐਨਟੀਟੀ 8393 ਦੀਆਂ ਪੋਸਟਾਂ ਦੇ ਨਾਲ ਸੰਬੰਧਿਤ ਪੇਪਰ ਨਹੀਂ ਲਿਆ ਜਾਂਦਾ ਸੋ ਬਹੁਤ ਸਾਰੇ ਵਿਦਿਆਰਥੀਆਂ ਦੇ ਸਵਾਲ ਹੁੰਦੇ ਆ ਵੀ ਇਹ ਕਦੋਂ ਹੋਣਗੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸ ਚੁੱਕੇ ਆ ਇਹਨਾਂ ਦੇ ਬਾਰੇ ਜਾਣਕਾਰੀ ਦੇ ਚੁੱਕੇ ਹਾਂਗੇ ਉੱਥੋਂ ਤੁਸੀਂ ਵੀਡੀਓ ਸੁਣ ਸਕਦੇ ਹੋ ਸੋ ਸਾਡੇ WhatsApp ਗਰੁੱਪ ਦੇ ਵਿੱਚ ਵੀ ਐਡ ਹੋ ਸਕਦੇ ਹੋ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਦੋਸਤ ਨਵੇਂ ਨੇ ਚੈਨਲ ਤੇ ਜੀ ਸ਼ੁਰੂ ਕਰੀਏ ਪਹਿਲਾ ਪ੍ਰਸ਼ਨ ਆਪਣਾ ਮਕਸਦ ਹੁੰਦਾ ਤੁਹਾਡਾ ਸਮਾਂ ਬਹੁਤ ਘੱਟ ਖਰਾਬ ਕਰਨਾ ਸੋ ਡੈਸ਼ ਜ਼ਿੰਦਗੀ ਵਿੱਚ ਖੇਡਣ ਦਾ ਸਮਾਂ ਹੈ ਬਚਪਨ ਲੜਕਪਨ ਨਾਈਟ ਡੂਡ ਇਹਨਾਂ ਵਿੱਚੋਂ ਕੋਈ ਵੀ ਨਹੀਂ ਸੋ ਕਿਹੜਾ ਸਮਾਂ ਹੈਗਾ ਇਹ ਲਿਖੀ ਆਪਸ਼ਨਾਂ ਦੇ ਵਿੱਚੋਂ ਜਿਹੜਾ ਜ਼ਿੰਦਗੀ ਦੇ ਵਿੱਚ ਖੇਡਣ ਦਾ ਹੀ ਸਮਾਂ ਹੁੰਦਾ ਹੈ ਹੋਰ ਕੋਈ ਗੱਲ ਹੀ ਨਹੀਂ ਹੁੰਦੀ ਸੋ ਉਹ ਹੁੰਦਾ ਬਚਪਨ ਦਾ ਤੁਸੀਂ ਸਾਰੇ ਜਾਣਦੇ ਹੋ ਬਚਪਨ ਦੇ ਵਿੱਚ ਬੱਚੇ ਲਈ ਸਿਰਫ ਖੇਡਣਾ ਹੁੰਦਾ ਹੈ ਹੋਰ ਕੋਈ ਉਹਦੇ ਲਈ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਹੋਰ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ ਜ਼ਿੰਦਗੀ ਦੇ ਵਿੱਚ ਖੇਡਣ ਦਾ ਸਮਾਂ ਜਿਹੜਾ ਉਹ ਬਚਪਨ ਨੂੰ ਹੀ ਮੁੱਖ ਮੰਨਿਆ ਗਿਆ ਜੀ ਸੋ ਆਪਸ਼ਨ ਨੰਬਰ 1 ਟਿਕ ਕਰਾਂਗੇ ਜੀ 2 ਨੰਬਰ ਪ੍ਰਸ਼ਨ ਡੈਸ਼ ਬਚਪਨ ਵਿੱਚ ਕੇਂਦਰੀ ਹੈ ਖੇਡ ਨਾਟਕਕਾਰ ਨੱਚਣਾ ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ਤੋ ਬਚਪਨ ਦਾ ਜਿਹੜਾ ਸਮਾਂ ਉਹਦੇ ਵਿੱਚ ਕੇਂਦਰ ਬਿੰਦੂ ਕਿਹੜੀ ਗੱਲ ਤੇ ਹੁੰਦਾ ਫੋਕਸ ਕਿਹੜੀ ਗੱਲ ਤੇ ਹੁੰਦਾਗਾ ਬੱਚੇ ਦਾ ਧਿਆਨ ਕਿੱਥੇ ਕੇਂਦਰਿਤ ਹੁੰਦਾ ਇੱਕ ਬੱਚੇ ਲਈ ਸਾਰੀਆਂ ਗੱਲਾਂ ਸਾਰਾ ਕੁਝ ਮਾਇਨੇ ਰੱਖਣ ਵਾਲੀ ਕਿਹੜੀ ਚੀਜ਼ ਹੁੰਦੀ ਹੈ ਹੁੰਦੀ ਹੈ ਖੇਡ ਆਪਸ਼ਨ ਨੰਬਰ 1 ਸਹੀ ਹੈ ਜੀ ਖੇਡ ਬਚਪਨ ਵਿੱਚ ਕੇਂਦਰੀ ਹੁੰਦੀ ਹੈ ਸੋ ਅਗਲਾ ਪ੍ਰਸ਼ਨ ਜੀ 3 ਨੰਬਰ ਸਿੱਖਿਆ ਦੀ ਸਫਲਤਾ ਇਸ ਤੇ ਨਿਰਭਰ ਕਰਦੀ ਹੈ ਕਮਿਊਨਿਟੀ ਸਹਾਇਤਾ ਦੁਆਰਾ ਅਧਿਆਪਕਾਂ ਵਿੱਚ ਗੁਣ ਬਦਲਾਅ ਦੁਆਰਾ ਉੱਚ ਪੱਧਰੀ ਸਿਖਲਾਈ ਸਮੱਗਰੀ ਦੁਆਰਾ ਉੱਚ ਪੱਧਰੀ ਪਾਠ ਪੁਸਤਕਾਂ ਦੁਆਰਾ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਆ ਜੀ ਸੋ ਆਪਾਂ ਤੁਹਾਨੂੰ ਹੁਣ ਤੱਕ ਜਿੰਨੇ ਵੀ ਟੈਟ ਦੇ ਪੇਪਰ ਹੋ ਚੁੱਕੇ ਨੇ ਉਹਨਾਂ ਦੇ ਵਿੱਚੋਂ ਮਤਲਬ ਇੰਪੋਰਟੈਂਟ ਪ੍ਰਸ਼ਨ ਵੀ ਇਹਦੇ ਵਿੱਚ ਆਪਾਂ 2-4 ਪਾਉਣੇ ਹੁੰਦੇ ਆ ਸੋ ਉਹ ਇਹਨਾਂ ਦੇ ਵਿੱਚੋਂ ਵੀ ਪੇਪਰ ਆ ਜਾਂਦਾ ਜ਼ਿਆਦਾਤਰ ਸੋ ਸਿੱਖਿਆ ਦੀ ਸਫਲਤਾ ਜਿਹੜੀ ਵੀ ਤੁਸੀਂ ਸਿੱਖਿਆ ਦੇ ਰਹੇ ਹੋ ਜਾਂ ਸਿੱਖਿਆ ਲੈ ਰਹੇ ਹੋ ਸਿੱਖਿਆ ਦੀ ਸਫਲਤਾ ਕਿਹੜੀ ਗੱਲ ਤੇ ਨਿਰਭਰ ਕਰੂਗੀ ਕਮਿਊਨਿਟੀ ਦੀ ਸਹਾਇਤਾ ਏ ਦੇਖੋ ਕੱਲੀ ਕਮਿਊਨਿਟੀ ਮਤਲਬ ਸਮਾਜ ਸਾਨੂੰ ਸਹਾਇਤਾ ਕਰੀ ਜਾਵੇ ਉਹਦੇ ਨਾਲ ਸਫਲ ਨਹੀਂ ਹੋ ਸਕਦੀ ਸਿੱਖਿਆ ਅਧਿਆਪਕਾਂ ਵਿੱਚ ਗੁਣ ਬਦਲਾ ਸੋ ਏ ਆਪਸ਼ਨ ਸਹੀ ਹੈ ਜੀ 2 ਨੰਬਰ ਅਧਿਆਪਕ ਨੂੰ ਸਮੇਂ-ਸਮੇਂ ਦੇ ਹਿਸਾਬ ਨਾਲ ਆਪਣੇ ਗੁਣਾਂ ਦੇ ਵਿੱਚ ਬਦਲਾ ਰੱਖਣਾ ਪਊਗਾ ਅਧਿਆਪਕਾਂ ਦੇ ਜਿਹੜੇ ਸਮੇਂ-ਸਮੇਂ ਦੇ ਸੈਮੀਨਾਰ ਲੱਗਦੇ ਨੇ ਪ੍ਰੈਕਟਿਸ ਜਿ ਲੱਗਦੀਆਂ ਨੇ ਉਹਨਾਂ ਦੀਆਂ ਉਹ ਜ਼ਰੂਰੀ ਨੇ ਸਮੇਂ-ਸਮੇਂ ਦੇ ਹਿਸਾਬ ਨਾਲ ਉਹਨਾਂ ਨੇ ਆਪਣੇ ਆਪ ਨੂੰ ਬਤਲਾ ਰੱਖਣਾ ਹੁੰਦਾ ਆਪਸ਼ਨ ਨੰਬਰ 2 ਸਹੀ ਆ ਜੀ ਤਿੰਨ ਨੰਬਰ ਪ੍ਰਸ਼ਨ ਦਾ ਸੋ ਜੇ ਕੱਲ ਦੀ ਆਪਾਂ ਉੱਚ ਪੱਧਰ ਦੀ ਸਿੱਖਲਾਈ ਦੇਈ ਜਾਈਏ ਉਹਦੇ ਨਾਲ ਵੀ ਸਫਲਤ ਨਹੀਂ ਹੁੰਦੀ ਜੋ ਉੱਚ ਪੱਧਰ ਦੀਆਂ ਪਾਠ ਪੁਸਤਕਾਂ ਮਤਲਬ ਡੈਕੋਰੇਟਡ ਜਾਂ ਮਹਿੰਗੀਆਂ ਪੁਸਤਕਾਂ ਮਤਲਬ ਉਹਨਾਂ ਨਾਲ ਵੀ ਕੋਈ ਸਿੱਖਿਆ ਦੇ ਵਿੱਚ ਸਫਲਤਾ ਦੀ ਗੱਲ ਨਹੀਂ ਹੁੰਦੀ ਜਿਨੇ ਸਿੱਖਿਆ ਨੂੰ ਬढ़ावा ਦੇਣਾ ਸਿੱਖਿਆ ਤੋਂ ਜੀ ਤੋਂ ਸਿੱਖਿਆ ਗ੍ਰੈਂਡ ਕਰਨੀ ਆ ਉਹਦੇ ਉਹ ਸਮਾਜ ਦੇ ਅਨੁਸਾਰ ਬੱਚੇ ਦੇ ਅਨੁਸਾਰ ਚੱਲੇ ਆਪਣੇ ਗੁਨਾ ਦੇ ਵਿੱਚ ਬਦਲਾਅ ਰੱਖਦਾ ਰਹੇ ਸੋ ਆਪਸ਼ਨ ਨੰਬਰ 2 ਟਿਕ ਕਰਿਓ ਅਗਲਾ ਪ੍ਰਸ਼ਨ 4 ਨੰਬਰ ਛੋਟੇ ਬੱਚਿਆਂ ਦੇ ਸਕੂਲ ਵਿੱਚ ਹੋਣਾ ਲਾਜ਼ਮੀ ਹੁੰਦਾ ਕਿਹੜੀ ਗੱਲ ਹੋਣੀ ਲਾਜ਼ਮੀ ਹੁੰਦੀ ਹੈ ਇੱਕ ਕੰਟਿਨ ਹੋਵੇ ਇੱਕ ਲਾਇਬ੍ਰੇਰੀ ਹੋਵੇ ਖੁੱਲੀ ਥਾਂ ਹੋਵੇ ਉਪਰੋਕਤ ਸਾਰੇ ਸੋ ਦੇਖੋ ਗੱਲਾਂ ਤਾਂ ਸਾਰੀਆਂ ਦੇਖਣ ਨੂੰ ਸਹੀ ਲੱਗਦੀਆਂ ਨੇ ਇੱਥੇ ਆਪਾਂ ਆਪਸ਼ਨ ਕਈ ਵਾਰ ਟਿਕ ਕਰ ਲੈਨੇ ਆ ਉਪਰੋਕਤ ਸਾਰੇ ਪਰ ਆਪਾਂ ਇੱਥੇ 베ਸਟ ਆਪਸ਼ਨ ਲੱਭਣੀ ਆ ਜੀ ਕਿਉਂਕਿ ਕੰਟਿਨ ਹੋਵੇ ਲਾਜ਼ਮੀ ਨਹੀਂ ਹੁੰਦਾ ਲਾਇਬ੍ਰੇਰੀ ਹੋ ਸਕਦਾ ਵੀ ਜ਼ਰੂਰੀ ਆ ਪਰ ਇੱਕ ਕੰਟੀਨ ਤੇ ਤਾਂ ਫੋਕਸ ਆਪਾਂ ਕਰਨਾ ਹੀ ਨਹੀਂ ਹੈਗਾ ਸੋ ਆਪਸ਼ਨ ਨੰਬਰ 3 ਟਿਕ ਕਰਾਂਗੇ ਜੀ ਖੁੱਲੀ ਥਾਂ ਖੁੱਲੀ ਥਾਂ ਹੋਣਾ ਲਾਜ਼ਮੀ ਆ ਬੈਸਟ ਆਪਸ਼ਨ ਇਹੀ ਆ ਸੋ ਇਸ ਪ੍ਰਸ਼ਨ ਦੇ ਅਨਸਰ ਆ ਜਿਹੜਾ ਹੋ 3 ਨੰਬਰ ਆਪਸ਼ਨ ਹੈ ਜੀ ਖੁੱਲੀ ਥਾਂ ਛੋਟੇ ਬੱਚਿਆਂ ਦੇ ਸਕੂਲ ਵਿੱਚ ਹੋਣਾ ਲਾਜ਼ਮੀ ਹੈ ਖੁੱਲੀ ਥਾਂ ਹੋਣੀ ਲਾਜ਼ਮੀ ਹੈ ਜੀ ਸੋ 5 ਨੰਬਰ ਪ੍ਰਸ਼ਨ ਵਿਕਾਸ ਮਨੁੱਖੀ ਸਰੀਰ ਦੇ ਅੰਗਾਂ ਦੀ ਡੈਸ਼ ਵਿੱਚ ਤਬਦੀਲੀ ਦਾ ਅਰਥ ਹੈ ਆਕਾਰ ਸਕਲ ਗਿਣਤੀ ਉਪਰੋਕਤ ਸਾਰੇ ਸੋ ਜਿਹੜਾ ਵਿਕਾਸ ਹੈ ਜੀ ਡਵੈਲਪਮੈਂਟ ਹੈ ਮਨੁੱਖੀ ਸਰੀਰ ਦੇ ਵਿੱਚ ਉਹ ਸਾਰੀਆਂ ਆਪਸ਼ਨਾਂ ਸਹੀ ਹੋ ਜਾਣਗੀਆਂ ਆਕਾਰ ਦੇ ਵਿੱਚ ਵੀ ਤਬਦੀਲੀ ਹੁੰਦੀ ਹੈ ਸਕਲ ਦੇ ਵਿੱਚ ਵੀ ਤਬਦੀਲੀ ਹੋ ਜਾਂਦੀ ਹੈ ਗਿਣਤੀ ਦੇ ਵਿੱਚ ਵੀ ਆਪਸ਼ਨ ਨੰਬਰ 4 ਸਹੀ ਹੈ ਜੀ ਸੋ ਦੇਖੋ ਆਪਾਂ ਵਿਕਾਸ ਦੇ ਬਾਰੇ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਇਆ ਹੋਇਆ ਵਿਕਾਸ ਦੇ ਵਿੱਚ ਹੀ ਵਾਧਾ ਹੁੰਦਾ ਸੋ ਜਿਹੜਾ ਵਾਧਾ ਹੈ ਉਹ ਵੀ ਵਿਕਾਸ ਦੇ ਵਿੱਚ ਹੀ ਆ ਜਾਂਦਾ ਜਦੋਂ ਬੱਚਾ ਹੁੰਦਾ ਉਦੋਂ ਸਕਲ ਹੋਰ ਤਰ੍ਹਾਂ ਦੀ ਹੁੰਦੀ ਹੈ ਜਵਾਨ ਹੋ ਜਾਂਦਾ ਬੰਦਾ ਉਦੋਂ ਸਕਲ ਹੋਰ ਹੋ ਜਾਂਦੀ ਹੈ ਬੁਢਾਪੇ ਵੇਲੇ ਸਕਲ ਹੋਰ ਚੇਂਜ ਹੋ ਜਾਂਦੀ ਹੈ ਆਕਾਰ ਬਦਲਦਾ ਰਹਿੰਦਾ ਹੈ ਜਨਮ ਵੇਲੇ ਹੱਥ ਪੈਰ ਛੋਟੇ ਹੁੰਦੇ ਆ ਫਿਰ ਵੱਡੇ ਹੁੰਦੇ ਰਹਿੰਦੇ ਆ ਅੰਗ ਪੈਰ ਵੱਡੇ ਹੋ ਜਾਂਦੇ ਆ ਸੋ ਆਪਸ਼ਨ ਨੰਬਰ 4 ਸਹੀ ਹੈ ਜੀ 6 ਨੰਬਰ ਪ੍ਰਸ਼ਨ ਜੀ ਵਿਕਾਸ ਸਭ ਤੋਂ ਤੇਜ਼ ਹੁੰਦਾ ਹੈ ਬਚਪਨ ਦੇ ਵਿੱਚ ਜਵਾਨੀ ਦੇ ਵਿੱਚ ਬਾਅਦ ਬਚਪਨ ਦੇ ਵਿੱਚ ਬਾਲਗਤਾ ਦੇ ਵਿੱਚ ਸੋ ਬਚਪਨ ਦੇ ਵਿੱਚ ਹੁੰਦਾ ਜੀ ਵਿਕਾਸ ਦੀ ਜਿਹੜੀ ਤੇਜ਼ ਰਫ਼ਤਾਰ ਹੁੰਦੀ ਹੈ ਤੇਜ਼ੀ ਨਾਲ ਵਿਕਾਸ ਹੁੰਦਾ ਹੈ ਸਰੀਰ ਦਾ ਭਾਸ਼ਾ ਦਾ ਸਾਰੇ ਕਾਸੇ ਦਾ ਵਿਕਾਸ ਹੁੰਦਾ ਤੇਜ਼ੀ ਨਾਲ ਉਹ ਬਚਪਨ ਦੇ ਵਿੱਚ ਹੀ ਹੁੰਦਾ ਜੀ 7 ਨੰਬਰ ਪ੍ਰਸ਼ਨ ਜੀ ਖੇਡ ਸਮੂਹਾਂ ਵਿੱਚ ਬੱਚੇ ਸਿੱਖਦੇ ਹਨ ਟੀਮ ਆਤਮਾ ਸਹਿਯੋਗ ਦੋਵੇਂ ਕੋਈ ਵੀ ਨਹੀਂ ਤੋ ਕਿਹੜੀ ਆਪਸ਼ਨ ਸਹੀ ਆ ਆਪਸ਼ਨ ਨੰਬਰ 3 ਸਹੀ ਆ ਜੀ ਟੀਮ ਮਤਲਬ ਟੀਮ ਦੇ ਨਾਲ ਸਹਿਯੋਗ ਕਰਕੇ ਟੀਮ ਉਹਨਾਂ ਦੇ ਟੀਮ ਦੇ ਪ੍ਰਤੀ ਉਹਨਾਂ ਦੇ ਵਿਚਾਰ ਜਿਹੜੇ ਨੇ ਉਹ ਪੋਜ਼ਿਟਿਵ ਬਣ ਜਾਂਦੇ ਨੇ ਇੱਕ ਟੀਮ ਨੂੰ ਲੈ ਕੇ ਚੱਲਦੇ ਨੇ ਉਹ ਆਪਣੇ ਸੈਲਫ ਤੌਰ ਤੇ ਨਹੀਂ ਹੁੰਦੇ ਸੋ ਸਹਿਯੋਗ ਕਰਦੇ ਆ ਇੱਕ ਦੂਜੇ ਦਾ ਖੇਡ ਜਦੋਂ ਸਮੂਹ ਦੇ ਵਿੱਚ ਖੇਡ ਖੇਡਦੇ ਆ ਉਹ ਸੋ ਆਪਸ਼ਨ ਨੰਬਰ 3 ਸਹੀ ਆ ਜੀ ਦੋਵੇਂ ਆਪਸ਼ਨ ਆ ਸਹੀ ਨੇ ਉੱਪਰ ਲੀਆਂ 8 ਨੰਬਰ ਪ੍ਰਸ਼ਨ ਸਿੱਖਿਆ ਤਬਦੀਲੀਆਂ ਦੇ ਸਿਧਾਂਤਿਕ ਦਾ ਏਕੀਕਰਨ ਜਿਹੜਾ ਵਿਅਕਤੀ ਦੀ ਸਦਾ ਵਿਕਾਸਸ਼ੀਲ ਸ਼ਖਸੀਅਤ ਬਣਾਉਂਦਾ ਹੈ ਵਜੋਂ ਜਾਣਿਆ ਜਾਂਦਾ ਹੈ ਵਾਧਾ ਵਿਕਾਸ ਦੋਮੇ ਜਾਂ ਸਾਰੇ ਸੋ ਆਪਸ਼ਨ ਦੇਖੋ ਜੀ ਦੋ ਨੰਬਰ ਆਪਸ਼ਨ ਸਹੀ ਆ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਗਿਆ ਸੀ ਸਿੱਖਿਆ ਤਬਦੀਲੀਆਂ ਦੇ ਸਿਧਾਂਤਿਕ ਦਾ ਏਕੀਕਰਨ ਜਿਹੜਾ ਵਿਅਕਤੀ ਦੀ ਸਦਾ ਵਿਕਾਸਸ਼ੀਲ ਸ਼ਖਸੀਅਤ ਬਣਾਉਂਦਾ ਹੈ ਵਜੋਂ ਜਾਣਿਆ ਜਾਂਦਾ ਵਿਕਾਸ ਦੇ ਤੌਰ ਤੇ ਜਾਣਿਆ ਜਾਂਦਾ ਜੀ ਉਹ ਆਪਸ਼ਨ ਨੰਬਰ 2 ਸਹੀ ਆ 9 ਨੰਬਰ ਪ੍ਰਸ਼ਨ ਵਿਕਾਸ ਹੈ ਗੁਨਾਤਮਕ ਹੈ ਮਾਤਰਾਤਮਕ ਹੈ ਦੋਵੇਂ ਨਾ ਇੱਕ ਹੈ ਤੇ ਨਾ ਦੋ ਸੋ ਕਿਹੜੀ ਆਪਸ਼ਨ ਸਹੀ ਨੌ ਦੇ ਵਿੱਚੋਂ ਨੌ ਨੰਬਰ ਪ੍ਰਸ਼ਨ ਦੀ ਇੱਕ ਨੰਬਰ ਆਪਸ਼ਨ ਹੈ ਵਿਕਾਸ ਗੁਨਾਤਮਕ ਹੁੰਦਾ ਜੀ ਜਿਹੜਾ ਵਾਧਾ ਹੈ ਉਹ ਮਾਤਰਾਤਮਕ ਹੁੰਦਾ ਵਿਕਾਸ ਗੁਨਾਤਮਕ ਹੁੰਦਾ ਜੇ ਇਕੱਲੇ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ ਆਪਸ਼ਨ ਨੰਬਰ 1 ਸਹੀ ਹੈ ਜੀ 10 ਨੰਬਰ ਪ੍ਰਸ਼ਨ 옳ੇਤ ਤੇ ਸਹੀ ਦਾ ਨਿਸ਼ਾਨ ਲਗਾਓ ਵਾਧਾ ਵਿਕਾਸ ਦਾ ਹਿੱਸਾ ਹੈ ਵਾਧਾ ਸਾਰੀ ਸਾਰੀ ਸਾਰਾ ਉਮਰ ਚੱਲਦਾ ਰਹਿੰਦਾ ਹੈ ਵਿਕਾਸ ਕੁਝ ਉਮਰ ਤੋਂ ਬਾਅਦ ਰੁਕ ਜਾਂਦਾ ਹੈ ਉਪਰੋਕਤ ਵਿੱਚੋਂ ਕੋਈ ਵੀ ਸਹੀ ਨਹੀਂ ਹੈ ਸੋ ਇਹ ਪ੍ਰਸ਼ਨ ਬਹੁਤ ਜ਼ਿਆਦਾ ਸਮਝਦਾਰਤਾ ਜੇਕਰ ਤੁਸੀਂ ਇਸ ਪ੍ਰਸ਼ਨ ਨੂੰ ਹੱਲ ਕਰ ਲੈਂਦੇ ਹੋ ਤਾਂ ਤੁਸੀਂ ਵਾਧਾ ਵਿਕਾਸ ਡਿਵੈਲਪਮੈਂਟ ਗਰੋਥ ਦੇ ਬਾਰੇ ਦੇ ਵਿੱਚ ਜਾਣ ਚੁੱਕੇ ਹੋ ਸੋ ਉਚਿਤ ਤ ਤੇ ਸਹੀ ਨਿਸ਼ਾਨ ਲਾਉਣਾ ਇਹਨਾਂ ਦੇ ਵਿੱਚੋਂ ਉਚਿਤ ਕਿਹੜੀ ਹੈ ਵੱਧਦਾ ਜਿਹੜਾ ਉਹ ਵਿਕਾਸ ਦਾ ਹਿੱਸਾ ਹੈ ਆਪਾਂ ਤੁਹਾਨੂੰ ਦੱਸਿਆ ਸੀ ਇਹੀ ਉਚਿਤ ਹੈ ਦੇ ਵਿੱਚ ਮੰਨ ਲਓ ਵਿਕਾਸ ਵੱਡੀ ਦਰਮ ਹੈ ਵੱਧਦਾ ਉਹਦੇ ਵਿੱਚ ਹੈ ਮਤਲਬ ਵੱਧਦਾ ਬਾਹਰ ਨਹੀਂ ਹੈਗਾ ਵਿਕਾਸ ਤੋਂ ਵੱਧਦਾ ਸਾਰੀ ਉਮਰ ਚੱਲਦਾ ਇਹ ਗਲਤ ਹੈ ਜੀ ਵੱਧਦਾ ਕਦੇ ਵੀ ਸਾਰੀ ਉਮਰ ਨਹੀਂ ਚੱਲਦਾ ਬੱਚੇ ਦਾ ਕਰਦਾ ਉਹ ਇੱਕ ਇੱਕ ਸਥਾਨ ਤੇ ਜਾ ਕੇ ਰੁਕ ਜਾਂਦਾ ਉਸ ਤੋਂ ਬਾਅਦ ਵਧਣਾ ਬੰਦ ਹੋ ਜਾਂਦਾ ਜਿਹੜਾ ਵਿਕਾਸ ਹੈ ਉਹ ਸਾਰੀ ਉਮਰ ਚੱਲਦਾ ਵਿਕਾਸ ਕੋਈ ਉਮਰ ਤੋਂ ਬਾਅਦ ਰੁਕ ਜਾਂਦਾ ਇਹ ਵੀ ਗਲਤ ਹੈ ਦੇਖੋ ਇਹ ਸਾਰੀ ਉਮਰ ਚੱਲਦਾ ਲੋ ਉਪਰੋਕਤ ਵਿੱਚੋਂ ਕੋਈ ਵੀ ਸਹੀ ਨਹੀਂ ਇਹ ਵੀ ਗਲਤ ਹੋ ਗਈ ਕਿਉਂਕਿ ਪਹਿਲੀ ਆਪਸ਼ਨ ਸਹੀ ਹੈ ਬਾਦ ਦਾ ਵਿਕਾਸ ਦਾ ਹੀ ਹਿੱਸਾ ਹੈ ਸੋ ਆਪਸ਼ਨ ਨੰਬਰ 1 ਸਹੀ ਹੈ ਜੀ ਸੋ ਦੋਸਤੋ ਅੱਜ ਦੇ ਲੈਕਚਰ ਦੇ ਵਿੱਚ ਇਹ 10 ਪ੍ਰਸ਼ਨ ਹੀ ਲੈ ਕੇ ਆਏ ਸੀ ਆਪਾਂ ਤੇ ਅੱਗੇ ਕੰਟੀਨਿਊ ਚੱਲਦੇ ਰਾਵਾਂਗੇ 15 ਪ੍ਰਸ਼ਨ ਦੀ ਕੋਸ਼ਿਸ਼ ਹੋਇਆ ਕਰੂਗੀ ਡੇਲੀ ਸੋ ਅੱਜ ਸੌਰੀ ਅੱਜ ਦੇ ਲਈ ਤੁਹਾਡੇ ਲਈ ਇਹ 10 ਪ੍ਰਸ਼ਨ ਨੇ ਸੋ ਅੱਗੇ ਸ਼ੇਅਰ ਕਰਿਓ ਦੋਸਤਾਂ ਮਿੱਤਰਾਂ ਤੱਕ ਜਿਹੜੇ ਦੋਸਤਾਂ ਨੇ ਆਪਣੇ WhatsApp group ਦੇ ਵਿੱਚ ਐਡ ਹੋਣਾ ਚਾਹੇ ਉਹ ਐਂਟੀਟੀ ਦੇ WhatsApp group 'ਚ ਐਡ ਹੋਣਾ ਹੋਵੇ ਚਾਹੇ PS TET 1 ਜਾਂ 2 ਦੇ ਵਿੱਚ ਇਸ ਨੰਬਰ ਤੇ ਸੰਪਰਕ ਕਰਿਓ 88474 77007 ਇਹਦੇ ਤੁਸੀਂ ਮੈਸੇਜ ਕਰਨਾ ਜੇ ਤੁਸੀਂ PS TET ਦੇ ਵਿਦਿਆਰਥੀ ਹੋ ਤਾਂ PS TET ਲਿਖ ਕੇ ਮੈਸੇਜ ਕਰ ਦਿਓ ਐਂਟੀਟੀ ਦੇ ਵਿਦਿਆਰਥੀ ਹੋ ਤਾਂ ਐਂਟੀਟੀ ਲਿਖ ਕੇ ਮੈਸੇਜ ਕਰ ਦਿਓ ਜੇਕਰ ਨੋਟਸ ਲੈਣੇ ਆ ਤਾਂ ਆਪਣੀ ਵੀਡੀਓ ਪਾਈ ਹੋਈ ਹੈ ਪਹਿਲਾਂ ਚੈਨਲ ਤੇ ਨੋਟਸ ਤੁਹਾਨੂੰ ਕਿਵੇਂ ਮਿਲਣਗੇ ਕੀ ਕਾਸਟ ਦੇ ਵਿੱਚ ਮਿਲਣਗੇ ਸੋ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ